ਜਨਮ ਅੱਛੀ ਸੀ। ਮੈਂ ਪਿਛਲੇ ਤੋਂ ਪਿਛਲੇ ਵੀਕ ਆਇਆ ਸੀ ਇੱਥੇ ਵਾਕਰ ਦੇ ਨਾਲ। ਉਦੋਂ ਮੇਰੀ ਹੱਡੀ ਉਦੋਂ ਪੂਰੀ ਨਹੀਂ ਚੰਗੀ ਤਰ੍ਹਾਂ ਜੁੜੀ ਸੀ, ਅਤੇ ਹਫ਼ਤੇ ਕੁ ਬਾਅਦ ਮੈਂ ਕਰਾਇਆ ਸੀ ਆਪਣੇ ਦੁਬਾਰਾ, ਅਤੇ ਮੇਰੀ ਹੱਡੀ ਕਾਫ਼ੀ ਜੁੜ ਗਈ ਹੈ। ਮੈਂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦਾ। ਸੋ ਇਨਕਾ 2 ਸਾਲ ਹੋ ਗਏ, ਐਕਸੀਡੈਂਟ ਹੋ ਗਿਆ ਥਾ? ਹਾਂਜੀ ਹਾਂਜੀ, 2 ਸਾਲ ਹੋ ਗਏ। ਇਨਕਾ ਸਾਲ ਹੋ ਗਿਆ ਜੀ, ਪੌਣੇ ਦੋ ਸਾਲ ਹੋ ਗਏ ਐਕਸੀਡੈਂਟ ਹੋ ਗਿਆ ਥਾ। ਔਰ ਇਨਕੀ ਜੋ ਥੀ ਵੋ ਹੱਡੀ ਟੁੱਟ ਗਈ ਥੀ ਟਾਂਕੀ, ਔਰ ਯੇ ਚੱਲ ਨਹੀਂ ਸਕਤੇ ਥੇ ਬਹੁਤ ਉਤਨੀ ਦੇਰ ਤੱਕ, ਇਲਾਜ ਕਰਵਾਤੇ ਰਹੇ। ਔਰ ਫਿਰ ਪਿਛਲੇ ਸੇ ਪਿਛਲੇ ਐਤਵਾਰ ਕੋ ਯੇ ਆਏ ਥੇ, ਪਹਿਲੇ ਇਨਕੀ ਮਿਸੇਜ ਆਈ ਪ੍ਰਾਰਥਨਾ ਮੇ, ਤੋ ਯੇ ਉਸ ਸਮੇਂ ਵਾਕਰ ਸੇ ਚਲਤੇ ਥੇ, ਕਿਉਂਕਿ ਹੱਡੀਆਂ ਟੁੱਟੀ ਥੀ ਔਰ ਵਾਕਰ ਸੇ ਚਲਤੇ ਥੇ। ਲੇਕਿਨ ਜੈਸੇ ਹੀ ਯਹਾਂ ਪਰ ਪ੍ਰਾਰਥਨਾ ਕੀ ਗਈ, ਪ੍ਰਭੂ ਯੇਸ਼ੂ ਮਸੀਹ ਨੇ ਚੰਗਾ ਕੀਆ ਔਰ ਘਰ ਜਾ ਕਰ ਵੈਸੇ ਚੱਲਣ ਲੱਗੇ ਆਪ। ਹਾਂਜੀ ਵੈਸੇ ਚੱਲ, ਵਾਕਰ ਕੇ ਬਿਨਾ, ਵਾਕਰ ਤੋਂ ਬਿਨਾ ਚੱਲਣ। ਹਾਂ, ਤੋ ਵਾਕਰ ਕੇ ਬਿਨਾ ਚੱਲਣ ਲੱਗੇ, ਪ੍ਰਭੂ ਯੇਸ਼ੂ ਮਸੀਹ ਨੇ ਚੱਲਣ ਲਾਇਕ ਬਣਾ ਦਿਆ। ਇਸ ਲਈ ਪ੍ਰਭੂ ਯੇਸ਼ੂ ਮਸੀਹ ਕਾ ਧੰਨਵਾਦ ਕਰਤੇ ਹੈ। ਹਾਲੇਲੂਇਆ। ਜੋ 2 ਸਾਲ ਕਾਮ ਨਹੀਂ ਹੁਆ, ਵੋ ਏਕ ਬਾਰ ਏਕ ਐਤਵਾਰ ਮੇ ਪ੍ਰਾਰਥਨਾ ਮੇ ਪ੍ਰਭੂ ਯੇਸ਼ੂ ਮਸੀਹ ਨੇ ਕਰ ਦਿਆ। ਜੋ 2 ਸਾਲ ਤੱਕ ਕਾਮ ਨਹੀਂ ਹੁਆ, ਤੋ ਇਨਕੇ ਪਾਸ ਐਕਸਰੇ ਹੈ, ਰਿਪੋਰਟੇ ਹੈ ਐਕਸਰੇ ਮੇ, ਔਰ ਵੋ ਹੱਡੀ ਜੋ ਹੈ ਅਬ ਵੋ ਇਸ ਐਕਸਰੇ ਮੇ ਕਿਆ ਆਇਆ, ਜੁੜ ਰਹੀ, ਥੋੜੀ ਰਹਿ ਗਈ ਹੈ, ਕੋਈ ਜੁੜ ਗਈ। ਹਾਂ, ਥੋੜੀ ਸੀ ਰਹਿ ਗਈ ਹੈ, ਬਾਕੀ ਜੋ ਹੈ ਵੋ ਜੁੜ ਗਈ ਹੈ। ਔਰ ਪੌਣੇ 2 ਸਾਲ ਐਸੇ ਰਹਿ ਗਿਆ, ਮਤਲਬ ਜੁੜ ਨਹੀਂ ਰਹੀ ਥੀ? ਨਹੀਂ ਜੁੜ ਨਹੀਂ ਰਹੀ ਥੀ। ਤੋ ਯੇ ਇਨਕੀ ਪਤਨੀ ਹੈ ਪਾਸ ਮੇ, ਔਰ ਲੱਖੋਂ ਰੁਪਏ ਵੋ ਕਹਤੇ ਹਮ ਲੋਗੋਂ ਨੇ ਖਰਚ ਕਰ ਦਿਆ ਹਸਪੀਟਲੋਂ ਮੇ। ਹਾਂਜੀ, ਤੋ ਲੱਖ ਰੁਪਏ ਇਹਨਾਂ ਨੇ ਖਰਚ ਕੀਆ ਹਸਪੀਟਲ ਮੇ। ਲੇਕਿਨ ਇੱਕ ਦਿਨ ਪਹਿਲੇ, ਜਬ ਐਤਵਾਰ ਪਹਿਲੇ ਹੀ ਐਤਵਾਰ ਆਪ ਆਏ ਥੇ ਉਸ ਦਿਨ? ਹਾਂਜੀ, ਪਹਿਲੇ ਐਤਵਾਰ, ਪਹਿਲੇ ਐਤਵਾਰ ਆਏ, ਔਰ ਪ੍ਰਭੂ ਯੇਸ਼ੂ ਮਸੀਹ ਨੇ ਪਹਿਲੇ ਐਤਵਾਰ ਇਨਕੇ ਜੀਵਨ ਮੇ ਕੰਮ ਕੀਆ। ਕਿਸ ਨੇ ਚੰਗਾ ਕੀਆ? ਯਿਸੂ ਮਸੀਹ ਨੇ। ਹਾਂ, ਯਿਸੂ ਮਸੀਹ ਨੇ, ਪ੍ਰਭੂ ਯੇਸ਼ੂ ਮਸੀਹ ਨੇ ਚੰਗਾ ਕੀਆ। ਥੋੜਾ ਸਾ ਉਹ ਦਿਖਾਣਾ, ਪੈਰ ਦਿਖਾਣਾ ਇਨਕਾ, ਕਹਾਂ ਥਾ ਵੋ, ਕੌਣ ਸੀ ਆ? ਤੋ ਆਪ ਇਸਕੋ ਥੋੜਾ ਸਾ ਦੇਖ ਸਕਤੇ ਹੈ, ਇਸਕਾ ਹਾਲਾਤ ਕੈਸੇ ਥੇ। ਲੇਕਿਨ ਪ੍ਰਭੂ ਯੇਸ਼ੂ ਮਸੀਹ ਨੇ ਇਨਹੇ ਚੱਲਨੇ ਲਾਇਕ ਬਣਾ ਦਿਆ। ਦੇਖੋ, ਜਬ ਬੈਡ ਕੇ ਉੱਪਰ ਪੜੇ ਰਹਤੇ ਹੈ ਤੋ ਕਿਤਨੀ ਦਿੱਕਤ ਹੋਤੀ ਹੈ, ਲੈਟਰਿੰਗ, ਬਾਥਰੂਮ, ਖਾਣਾ ਪੀਣਾ। ਲੇਕਿਨ ਪ੍ਰਭੂ ਯੇਸ਼ੂ ਮਸੀਹ ਨੇ ਇਨਕੇ ਜੀਵਨ ਮੇ ਕੰਮ ਕੀਆ ਹੈ, ਇਸ ਲਈ ਪ੍ਰਭੂ ਯੇਸ਼ੂ ਮਸੀਹ ਕਾ ਧੰਨਵਾਦ ਕਰਤੇ ਹੈ। ਹਾਲੇਲੂਇਆ। ਮੇਰੇ ਥਾਇਰਡ ਹੋ ਗਿਆ ਥਾ, ਥਾਇਰਡ ਮੇ ਮੇਰੇ ਬਹੁਤ ਜ਼ਿਆਦਾ ਆਈ ਥੀ, ਮਤਲਬ 61.26, ਔਰ ਅਬ ਮੈਨੇ ਦੂਸਰੀ ਰਿਪੋਰਟ ਕਰਾਈ ਹੈ, ਬਿਲਕੁਲ ਨੋਰਮਲ ਆਈ ਹੈ, ਪ੍ਰਭੂ ਕੀ ਦਇਆ ਸੇ। ਮੈਂ ਪ੍ਰਭੂ ਕਾ ਬਹੁਤ ਬਹੁਤ ਧੰਨਵਾਦ ਕਰਤੀ ਹੂੰ ਕਿ ਡਾਕਟਰ ਕਹਤੇ ਹੈ ਥਾਇਰਾਇਡ ਕੀ ਗੋਲੀ ਚਲਤੀ ਰਹਤੀ ਹੈ, ਥਾਇਰਾਇਡ ਠੀਕ ਨਹੀਂ ਹੋਤਾ, ਪਰ ਮੇਰੇ ਪਰਮੇਸ਼ਰ ਨੇ ਮੁਝੇ ਥਾਇਰਾਇਡ ਮੇਰਾ ਠੀਕ ਕਰਾ, ਮੈਂ ਪਰਮੇਸ਼ਰ ਕਾ ਬਹੁਤ ਬਹੁਤ ਧੰਨਵਾਦ ਕਰਤੀ ਹੂੰ। ਹਾਲੇਲੂਇਆ। ਤੋ ਇਸ ਬੇਟੀ ਕੇ ਪਾਸ ਦੋ ਰਿਪੋਰਟੇ ਹੈਂ, ਦੋ ਰਿਪੋਰਟੇ ਹੈ ਮੇਰੇ ਪਾਸ, ਯਹੀ ਹੈ ਪਹਿਲੇ ਕੀ ਹੈ ਔਰ ਯਹ ਅਬ ਕੀ ਹੈ, ਜੋ ਬਿਲਕੁਲ ਨੋਰਮਲ ਆਈ ਹੈ, ਪਰਮੇਸ਼ਰ ਕਾ 61 ਪੁਆਇੰਟ ਸੇ ਵੀ ਉੱਪਰ ਆਈ ਹੈ, ਔਰ ਦੂਸਰੀ ਰਿਪੋਰਟ ਜੋ ਹੈ ਬਿਲਕੁਲ ਨੋਰਮਲ ਹੈ ਥਾਇਰਾਇਡ ਕੀ। ਪ੍ਰਭੂ ਯੇਸ਼ੂ ਮਸੀਹ ਨੇ ਇਹਨੇ ਚੰਗਾ ਕੀਆ ਹੈ, ਇਸ ਲਈ ਪ੍ਰਭੂ ਯੇਸ਼ੂ ਮਸੀਹ ਕਾ ਧੰਨਵਾਦ ਕਰਤੇ ਹੈ। ਹਾਲੇਲੂਇਆ।